ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਜਿਹੜੀ ਅਪਡੇਟ ਆਈ ਹੈ ਦੀਨ ਸਿਵਾਮਾ ਜੋਂਬ ਬੋਰਡ ਪੰਜਾਬ ਵੱਲੋਂ ਟ੍ਰਿਪਲ ਐਸ ਬੀ ਬੋਰਡ ਵੱਲੋਂ ਆਈ ਹੈ ਜਿਹਦੇ ਵਿੱਚ ਇਸ਼ਤਿਹਾਰ ਨੰਬਰ 17/2021 ਕਲਰਕ ਦੀ ਭਰਤੀ ਸੀਗੀ ਜਿਹਦਾ ਲੰਬੇ ਸਮੇਂ ਤੋਂ ਪ੍ਰੋਸੈਸ ਚੱਲ ਰਿਹਾ ਤੇ ਟਾਈਪ ਟੈਸਟ 3 ਦੀ ਜਿਹੜੀ ਲਿਸ ਸੀਗੀ ਉਹ ਆਈ ਸੀ ਕੀ ਉਹਨਾਂ ਦਾ ਟਾਈਪਿੰਗ ਟੈਸਟ ਹੋਇਆ ਟਾਈਪਿੰਗ ਟੈਸਟ ਤੋਂ ਬਾਅਦ ਉਹਨਦੀ ਕਾਉਂਸਲਿੰਗ ਹੋਈ ਕਾਉਂਸਲਿੰਗ ਹੋਣ ਤੋਂ ਬਾਅਦ ਹੁਣ ਉਹਨਾਂ ਤੋਂ ਵਿਭਾਗਾਂ ਦੀ ਪ੍ਰੈਫਰੈਂਸ ਜਿਹੜੀ ਮੰਗੀ ਜਾ ਰਹੀ ਹੈ ਆਨਲਾਈਨ ਪ੍ਰੈਫਰੈਂਸ ਮੰਗੀ ਜਾ ਰਹੀ ਹੈ 24 ਦਸੰਬਰ 2022 ਤੋਂ 26 ਦਸੰਬਰ 2022 ਤੱਕ ਇਹ ਪ੍ਰੈਫਰੈਂਸ ਮੰਗੀ ਜਾਣੀ ਆ ਪੋਰਟਲ ਓਪਨ ਹੋ ਚੁੱਕਿਆ ਵੈਬਸਾਈਟ ਤੇ ਆਨਲਾਈਨ ਪ੍ਰੈਫਰੈਂਸ ਦਰਜ ਕਰਨ ਲਈ ਉਮੀਦਵਾਰ ਨੇ ਯੂਜ਼ਰ ਨੇਮ ਉਮੀਦਵਾਰ ਦਾ ਐਪਲੀਕੇਸ਼ਨ ਨੰਬਰ ਹੋਵੇਗਾ ਤੇ ਪਾਸਵਰਡ ਉਮੀਦਵਾਰ ਦੀ ਡੇਟ ਆਫ ਬਰਥ ਹੋਵੇਗੀ ਠੀਕ ਹੈ ਜੀ ਜਿਹੜੇ ਯੋਗ ਉਮੀਦਵਾਰ ਵਿਭਾਗਾਂ ਦੀ ਆਨਲਾਈਨ ਪ੍ਰੈਫਰੈਂਸ ਨਹੀਂ ਭਰਨਗੇ ਉਹਨਾਂ ਦੀ ਵਿਭਾਗਾਂ ਦੀ ਪ੍ਰੈਫਰੈਂਸ ਦੀ ਤਰਤੀਬ ਉਹੀ ਮੰਨੀ ਜਾਵੇਗੀ ਜਿਹੜੀ ਤਰਤੀਬ ਵਿੱਚ ਅਸਾਮੀਆਂ ਦਾ ਵੇਰਵਾ ਵਿਭਾਗ ਵਾਈਜ਼ ਸੋਧ ਪੱਤਰ ਮਿਤੀ 8722 ਵਿੱਚ ਦਰਜ ਹੈ ਠੀਕ ਹੈ ਜੀ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਪ੍ਰੈਫਰੈਂਸ ਨਹੀਂ ਭਰ ਪਾਉਂਦੇ ਤਾਂ ਜਿਹੜੀ ਵੀ ਇਹਨਾਂ ਦੀ ਬਾਇ ਡਿਫਾਲਟ ਰੱਖੀ ਹੋਈ ਹੈ ਉਹ ਅਕੋਰਡਿੰਗ ਹੀ ਉਹਨੇ ਪ੍ਰੈਫਰੈਂਸ ਚੱਕਣੀ ਆ ਤਾਂ ਆਪਣੀ ਪ੍ਰੈਫਰੈਂਸ ਜ਼ਰੂਰ ਧਿਆਨ ਨਾਲ ਭਰਿਓ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਜਿਹੜੇ ਯੋਗ ਉਮੀਦਵਾਰ ਸਾਰੇ ਵਿਭਾਗਾਂ ਵਿੱਚੋਂ ਕੇਵਲ ਕੁਝ ਵਿਭਾਗਾਂ ਦੀ ਪ੍ਰੈਫਰੈਂਸ ਆਨਲਾਈਨ ਦਰਜ ਕਰਨਗੇ ਉਹਨਾਂ ਉਮੀਦਵਾਰਾਂ ਦੀ ਰੈਂਕ ਦੇ ਵਿਭਾਗਾਂ ਦੀ ਪ੍ਰੈਫਰੈਂਸ ਆਟੋਮੈਟਿਕਲੀ ਉਸੇ ਤਰਤੀਬ ਵਿੱਚ ਦਰਜ ਕੀਤੀ ਜਾਵੇਗੀ ਜਿਹੜੀ ਤਰਤੀਬ ਇਹਨਾਂ ਨੇ ਬਣਾਈ ਹੋਈ ਹੈ ਠੀਕ ਹੈ ਜੀ ਸੋਧ ਪੱਤਰ 'ਚ ਦਰਜ ਹੈ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਉਮੀਦਵਾਰ ਮਿਤੀ 26/12/2022 ਤੱਕ ਆਪਣੀਆਂ ਪ੍ਰੈਫਰੈਂਸ ਵਿੱਚ ਤਬਦੀਲੀ ਕਰ ਸਕਦੇ ਹਨ ਇਸ ਮਿਤੀ ਤੋਂ ਬਾਅਦ ਦਰਜ ਕੀਤੀ ਗਈ ਪ੍ਰੈਫਰੈਂਸ ਵਿੱਚ ਕਿਸੇ ਵੀ ਕਿਸਮ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸ ਸੰਬੰਧੀ ਕੋਈ ਪ੍ਰਤੀਬੇਨਤੀ ਸਬਕਾਰ ਕੀਤੀ ਜਾਵੇ ਤੇ ਉਸ ਤੋਂ ਬਾਅਦ ਲਿਖਿਆ ਜੀ ਇਹਨਾਂ ਨੇ preference ਦੇਣ ਲਈ ਕੇਵਲ ਉਹਨਾਂ ਉਮੀਦਵਾਰਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਜੋ ਕਿ ਟਾਈਪ ਟੈਸਟ 3 ਵਿੱਚ ਕੁਆਲੀਫਾਈਡ ਹਨ ਤੇ ਜਿਨ੍ਹਾਂ ਨੇ 21 ਤੇ 22 ਤਰੀਕ ਨੂੰ ਕਾਉਂਸਲਿੰਗ ਅਟੈਂਡ ਕੀਤੀ ਆ ਲਾਸਟ ਪੁਆਇੰਟ ਦੱਸਿਆ ਜੀ ਵਿਭਾਗਾਂ ਦੀ preference ਨੂੰ ਸੁਰੱਖਿਅਤ ਤਰੀਕੇ ਨਾਲ ਭਰਨ ਲਈ ਉਮੀਦਵਾਰ ਆਪਣਾ ਪਾਸਵਰਡ OTP ਜੋ ਕਿ ਰਜਿਸਟਰਡ ਮੋਬਾਈਲ ਨੰਬਰ ਤੇ ਪ੍ਰਾਪਤ ਹੋਵੇਗਾ ਰਾਹੀਂ ਰੀਸੈਟ ਕਰ ਸਕਦੇ ਹਨ ਠੀਕ ਹੈ ਤਾਂ ਰੀਸੈਟ ਤੁਸੀਂ ਸਿਰਫ 26 12 2022 ਤੱਕ ਕਰ ਸਕਦੇ ਹੋ ਉਸ ਤੋਂ ਬਾਅਦ ਜਲਦ ਹੀ ਇਹਦਾ ਕਨਕਲੂਡ ਕਰਕੇ ਇਹਨਾਂ ਨੇ ਕਲਰਕ ਦਾ ਜਿਹੜਾ ਲਿਸਟਾ ਵਗੈਰਾ ਪਾ ਦੇਣੀ ਹੈ ਤੇ ਜੋਇਨਿੰਗ ਜਨਵਰੀ ਦੇ ਵਿੱਚ ਜੋਇਨਿੰਗ ਦਾ ਕਲਰਕ ਦੀਆਂ ਹੋ ਜਾਣੀਆਂ ਠੀਕ ਹੈ ਜੀ ਤੇ ਇਹ ਜਿਹੜਾ ਪੋਰਟਲ ਹੈ ਜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਤੇ ਆ ਨੀਚੇ ਲੌਗਇਨ ਦੀ ਆਪਸ਼ਨ ਬਣੀ ਆ ਲੌਗਇਨ ਤੇ ਜਾਣਾ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਤੇ ਆਪਣੀ ਡੇਟ ਆਫ ਬਰਥ ਫਿਲ ਕਰਨ ਤੋਂ ਬਾਅਦ ਲੌਗਇਨ ਕਰ ਦੇਣਾ ਤੇ ਪ੍ਰੈਫਰੈਂਸ ਜਿਹੜੀ ਆ ਉਹ ਆਪਣੀ ਫਿਲ ਕਰ ਦੇਣੀ ਆ ਤੇ ਜੇ ਡਿਫਾਲਟ ਡਿਫਾਲਟ ਪ੍ਰੈਫਰੈਂਸਸ ਦੀ ਗੱਲ ਕਰੀ ਤਾਂ ਪ੍ਰੈਫਰੈਂਸ ਜਿਹੜੀਆਂ ਬਾਇ ਡਿਫਾਲਟ ਇਹਨਾਂ ਦਿੱਤੀਆਂ ਹੋਈਆਂ ਨੇ ਉਹ ਇਹ ਨੇ ਦੇਖੋ ਜੀ ਠੀਕ ਆ ਉਹ ਤੁਸੀਂ ਚੈੱਕ ਕਰ ਲੈਣੀ ਕਿਹੜੇ ਵਿਭਾਗ ਦੀ ਕਿਹੜੀ ਪ੍ਰੈਫਰੈਂਸ ਹੈ ਉੱਥੇ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਟੈਪ ਬਾਈ ਸਟੈਪ ਪ੍ਰੋਸੀਜਰ ਵੀ ਦੱਸਿਆ ਹੋਇਆ ਕਿ ਕਿਵੇਂ-ਕਿਵੇਂ ਤੁਸੀਂ ਪ੍ਰੈਫਰੈਂਸ ਫਿਲ ਕਰਨੀ ਆ ਇਹ ਵੀ ਤੁਸੀਂ ਇਹਨਾਂ ਨੂੰ ਆਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਅਪਡੇਟਸ ਲਈ ਸਾਡੇ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ